ਤੱਕ ਕਿਸੇ ਗਰੀਬ ਦਾ ਬਿਜਲੀ ਦਾ ਬਿੱਲ ਹੀ ਨਹੀਂ ਆਇਆ। ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ, ਕਿ ਇਹੋ ਜਿਹੇ ਬਿੱਲ 10 ਸਾਲਾਂ ਚ 1 ਮਹੀਨੇ ਚ ਵੀ ਤੁਹਾਨੂੰ ਕਦੇ ਆਇਆ? ਇੱਕ ਦਿਨ ਵੀ ਕਦੇ ਇਹੋ ਜਿਹਾ ਬਿੱਲ ਤੁਹਾਨੂੰ ਆਇਆ? ਜਿਹੜੇ ਗਰੀਬਾਂ ਦੇ 200 ਯੂਨਿਟ ਬਿਜਲੀ ਦੇ ਮਾਫ ਹੁੰਦੇ ਸੀ, ਉਹੋ ਜਿਹੇ ਗਰੀਬ ਪਰਿਵਾਰਾਂ ਨੂੰ ਅੱਜ ਲੱਖਾਂ ਚ ਬਿਜਲੀ ਦੇ ਬਿੱਲ ਆ ਗਏ। ਕੀ ਅੱਜ ਲੋੜ ਨਹੀਂ ਕਿ ਤੁਸੀਂ ਸੋਚੋ ਕਿ ਲੱਖਾਂ ਦੇ ਬਿਜਲੀ ਦੇ ਬਿੱਲ ਤੁਹਾਨੂੰ ਕਿਉਂ ਆ ਰਹੇ ਨੇ? ਹਰ ਘਰ ਨੂੰ 20,000, 25,000, 30,000, 35,000, 14 ਵਾਰੀ ਇਸ ਸਰਕਾਰ ਨੇ ਬਿਜਲੀ ਦੇ ਬਿੱਲ ਰੇਟ ਵਧਾਏ ਨੇ ਪਿਛਲੇ 2-2.5 ਸਾਲਾਂ ਚ। ਕੀ ਕਾਰਨ ਹੈ ਕਿ ਤੁਹਾਡੇ ਜੇਬਾਂ ਕੋਈ ਪੈਸੇ ਵਸੂਲੇ ਜਾ ਰਹੇ ਨੇ? ਕੀ ਕਾਰਨ ਹੈ, ਪੈਸੇ ਕਿੱਥੇ ਜਾ ਰਹੇ ਨੇ? ਕੀ ਤੁਹਾਨੂੰ ਸ਼ਗਨ ਦੇ ਚੈੱਕ ਮਿਲੇ ਨੇ 3 ਸਾਲਾਂ ਤੋਂ? ਕੀ ਤੁਹਾਡੀ ਪੈਨਸ਼ਨਾਂ ਕੱਟੀਆਂ ਗਈਆਂ ਨੇ ਕਿ ਨਹੀਂ? ਕੀ ਤੁਹਾਡੇ ਆਟੇਦਾਰ ਦੇ ਕਾਰਡ ਕੱਟੇ ਗਏ ਨੇ ਕਿ ਨਹੀਂ? ਕੀ ਤੁਹਾਡੇ ਪਿੰਡ ਵਿੱਚ 1 ਵੀ ਵਿਕਾਸ ਦੇ ਕੰਮ ਵਾਸਤੇ 1 ਵੀ ਇੱਟ ਲੱਗੀ ਹੈ? ਉਹ ਕਿਹੜਾ ਕੰਮ ਹੋਇਆ ਜੇ ਤੁਹਾਡੇ ਪਿੰਡ ਵਿੱਚ 3 ਸਾਲਾਂ ਵਿੱਚ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਗੁਟਕਾ ਸਾਹਿਬ ਤੇ ਸੌਂਹ ਖਾਣ ਵਾਲੀ ਸਰਕਾਰਾਂ ਨੇ ਆਪਣੀ ਸੌਂਹ ਪੂਰੀ ਕੀਤੀ, ਆਪਣੇ ਵਾਅਦੇ ਪੂਰੇ ਕੀਤੇ? ਹਕੀਕਤ ਆ ਹੈਗਾ ਕਿ ਜਿਹੜੇ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਗੱਲ ਕਰਦੇ ਸੀ, ਘਰ ਘਰ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਣ ਦੀ ਗੱਲ ਕਰਦੇ ਸੀ, ਅੱਜ ਤੁਹਾਡੇ ਪੈਸੇ ਤੁਹਾਡੇ ਜੇਬਾਂ ਤੋਂ ਇਹ ਵੱਡੇ ਵੱਡੇ ਬਿੱਲਾਂ ਦੇ ਰਾਹੀਂ ਤੁਹਾਡੀ ਮਿਹਨਤ ਦੀ ਕਮਾਈ ਤੋਂ ਤੁਹਾਡੇ ਪੈਸੇ ਕੱਢ ਕੇ ਖਜ਼ਾਨੇ ਵਿੱਚ ਨਹੀਂ ਇਹਨਾਂ ਦੀ ਜੇਬਾਂ ਵਿੱਚ ਜਾ ਰਹੀਆਂ ਨੇ। ਪਰਸੋਂ ਹੀ ਤੁਸੀਂ ਦੇਖਿਆ ਸੁਖਬੀਰ ਜੀ ਨੇ ਦੱਸਿਆ ਕਿ ਇੰਨੇ ਵੱਡੇ ਬਿਜਲੀ ਦੇ ਬਿੱਲ ਤੁਹਾਨੂੰ ਕਿਉਂ ਮਿਲ ਰਹੇ ਨੇ, ਕਿਉਂਕਿ ਵੱਡੀਆਂ ਵੱਡੀਆਂ ਬਿਜਲੀ ਦੇ ਕੰਪਨੀਆਂ ਦੇ ਨਾਲ ਸੌਦੇਬਾਜ਼ੀ ਕਰਕੇ ਹਜ਼ਾਰਾਂ ਰੁਪਏ, ਹਜ਼ਾਰਾਂ ਕਰੋੜਾਂ ਰੁਪਏ ਉਹਨਾਂ ਬਿਜਲੀਆਂ ਦੇ ਕੰਪਨੀਆਂ ਦੇ ਨਾਲ ਤਾਲਮੇਲ ਕਰਕੇ ਅਦਾਲਤਾਂ ਚ ਕੇਸ ਹਾਰ ਕੇ ਤੇ ਪਿੱਛੋਂ ਪੈਸੇ ਆਪਣੇ ਜੇਬਾਂ ਵਿੱਚ ਪਾਇਆ ਜਾ ਰਿਹਾ ਨੇ ਤੇ ਉਹ ਪੈਸੇ ਵਸੂਲੇ ਤੁਹਾਡੀ ਜੇਬ ਤੋਂ ਜਾ ਰਹੇ ਨੇ। ਯਾਦ ਕਰੋ ਦਿੱਲੀ ਵਿੱਚ ਕਾਂਗਰਸ ਦੀ ਸਰਕਾਰ, ਜਦ ਇਹ ਰਾਜਨੀਤੀ ਧਰਮ ਉਹ ਸਰਕਾਰ ਚ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਦਾ ਹਿੱਸਾ ਹੁੰਦੀ ਸੀ, 10 ਸਾਲ ਖੇਡਾਂ ਦਾ ਘੁਟਾਲਾ, ਕੋਇਲੇ ਦਾ ਘੁਟਾਲਾ, ਰੇਲ ਦਾ ਘੁਟਾਲਾ, 2,76,000 ਕਰੋੜ ਦਾ ਘੁਟਾਲਾ ਇਹਨਾਂ 5 ਸਾਲਾਂ ਚ, ਜਿੱਥੇ ਮੈਨੂੰ ਮਾਣ ਹੈ ਕਿ ਸਾਡੀ ਸਰਕਾਰ ਦੇ ਵਿੱਚ 1 ਵੀ ਘੁਟਾਲੇ ਦਾ ਕੋਈ ਚੀਜ਼ ਨਹੀਂ ਆਈ ਹੈ, ਕਿਉਂਕਿ ਸਾਫ਼ ਸੁਥਰੀ ਸਰਕਾਰ ਚਲਾ ਕੇ ਦਿੱਤੀ ਹੈ। ਅੱਜ ਪੰਜਾਬ ਉਹ ਦਿੱਲੀ ਦੀ ਪੁਰਾਣੀ ਕਾਂਗਰਸ ਦੀ ਘੁਟਾਲੇ ਵਾਲੀ ਸਰਕਾਰ ਯਾਦ ਦਿਲਾ ਰਹੀ ਹੈ। ਅਜੇ ਤੱਕ ਪਹਿਲਾ ਘੁਟਾਲਾ ਅਸੀਂ ਜਾਹਿਰ ਕੀਤਾ ਹੈ, ਹੌਲੀ ਹੌਲੀ ਤੁਸੀਂ ਦੇਖੋ ਕਿੰਨੇ ਹੋਰ ਘੁਟਾਲੇ ਨਿਕਲਣਗੇ। ਮੈਂ ਦਾਅਵੇ ਨਾਲ ਕਹਿ ਸਕਦਾ ਕਿਸਾਨੀ ਕਰਜ਼ੇ ਮਾਫ਼ ਚ ਨਹੀਂ ਦੇਖਣਾ ਕਿੰਨੇ ਘੁਟਾਲੇ ਨਿਕਲਣਗੇ। ਕਿਸਾਨੀ ਖੁਦਕੁਸ਼ੀ ਕਿਉਂ ਕਰ ਰਹੇ ਨੇ ਕਿਸਾਨ? ਕਿਉਂਕਿ ਇਹਨਾਂ ਦੇ ਨਾਂ ਚ ਇਹਨਾਂ ਦੇ ਪੈਸੇ ਇਹਨਾਂ ਦੇ ਕਾਂਗਰਸੀਆਂ ਦੇ ਜੇਬਾਂ ਵਿੱਚ ਭਰੇ ਜਾ ਰਹੇ ਨੇ। ਬਥੇਰੀ ਚੀਜ਼ਾਂ ਸਾਹਮਣੇ ਆਉਣਗੀਆਂ, ਹੌਲੀ ਹੌਲੀ ਸਾਹਮਣੇ ਆਉਣਗੀਆਂ। ਲੇਕਿਨ ਅੱਜ ਮੈਂ ਬੇਨਤੀ ਕਰਦੀ ਹਾਂ ਕਿ ਅਸੀਂ ਅੱਜ ਮਜਬੂਰ ਹਾਂ, ਕਿਉਂਕਿ ਅਜੇ 2 ਸਾਲ ਹੋਰ ਇਸ ਸਰਕਾਰ ਦੇ ਪਏ। ਲੇਕਿਨ ਡਟ ਕੇ ਤੁਸੀਂ ਮਨ ਬਣਾਓ, ਕਿਉਂਕਿ ਇਸ ਕਾਂਗਰਸ ਸਰਕਾਰ ਨੇ ਹਮੇਸ਼ਾ ਪਹਾੜੋ ਤੇ ਰਾਜ ਕਰੋ, ਕਦੇ ਸਾਡੇ ਪਰਿਵਾਰ ਦਾ ਮੈਂਬਰ ਫੱਟ ਕੇ ਅੱਗੇ ਕਰ ਦਿਓ, PPP ਪਾਰਟੀ ਖੜੀ ਕਰ ਦਿਓ। ਮੈਂ ਤਾਂ ਵੀ ਕਹਿੰਦੀ ਸੀ ਕਾਂਗਰਸ ਦੇ